ਕਿਸੇ ਦੇ ਹਾਲਾਤ ਕੀ ਪੁੱਛ ਰਹੇ ਸੀ? ਦੇਖੋ ਜੀ ਸਾਡੇ ਨਾਲ ਮੈਂਬਰ ਤਿੰਨ ਸਾਡੇ ਨਾਲ ਸੀ ਜੀ, ਸਾਡੇ ਕਈ ਪਿੰਡ 'ਚ ਆਰਟੀਆਈ ਪਾਈ ਹੈ ਜੀ, ਸਾਡੇ ਕੁਝ ਕੰਮ ਕਾਗਜ਼ੀ ਕਾਰਵਾਈ 'ਚ ਕੀਤੇ ਗਏ ਜੀ, ਪਿੰਡ 'ਚ ਉੱਦਾਂ ਨਹੀਂ ਕੀਤੇ ਗਏ ਜੀ। ਇਹਨਾਂ ਦੇ ਵਿੱਚ ਜਿੱਦਾਂ ਜੀ 25,000 ਦੇ ਮਾਸਕ ਇਹਨਾਂ ਨੇ ਲੋਕਡਾਊਨ 'ਚ ਵੰਡੇ ਆ ਜੀ, ਉਹਦਾ 25,000 ਰੁਪਏ ਇਹਨਾਂ ਨੇ ਸਰਕਾਰੀ ਖਾਤੇ 'ਚੋਂ ਕਢਾਇਆ ਵਾ, ਪਰ ਮਾਸਕ ਇੱਕ ਵੀ ਨਹੀਂ ਵੰਡਿਆ ਗਿਆ। ਇੱਦਾਂ ਜੀ ਹੋਰ ਕੰਮ ਆ ਜੀ ਕੁਝ, ਜਿੱਦਾਂ ਕੁਝ ਸੜਕਾਂ ਬਣਾਈਆਂ ਵਾ ਜੀ, ਸੜਕਾਂ 'ਚ ਅੱਧਾ ਸੀਮਿੰਟ ਜਾਂ ਜਿੱਦਾਂ ਵੀ ਜੋ ਵੀ ਆ ਮਟੀਰੀਅਲ ਅੱਧਾ ਲੱਗਦਾ ਵਾ ਜੀ, ਅਤੇ ਅੱਧਾ ਆਪ ਆਸੇ ਪਾਸੇ ਕਰਕੇ ਅਤੇ ਖਰਚਾ ਜ਼ਿਆਦਾ ਪਾ ਦਿੰਦੇ ਜੀ। ਜੀ ਇੱਦਾਂ ਪੰਚਾਇਤ ਘਰ ਆ ਜੀ, ਪੰਚਾਇਤ ਘਰ 'ਤੇ 20,000 ਇੱਟ ਲਾਈ ਹੈ ਜੀ, ਉੱਥੇ ਇਹਦੇ ਮੁਤਾਬਕ 10,000 ਇੱਟ ਲੱਗੀ, 10,000 ਇੱਟ ਉਹ ਵੀ ਖਾ ਗਈ ਹੈ ਜੀ। ਇੱਦਾਂ ਹੀ ਇਹਨਾਂ ਨੇ ਨਰੇਗੇ 'ਚ ਕੀਤਾ ਜੀ, ਜਿਹੜੇ ਘਰ ਬੈਠੇ ਗਏ ਉਹਨਾਂ ਦੇ ਪੈਸੇ ਪਾਤੇ ਆ, ਅਤੇ ਜਿਹੜੇ ਕੰਮ ਕਰਦੇ ਉਹਨਾਂ ਦੇ ਪੈਸੇ ਨਹੀਂ ਪੈਂਦੇ। ਫਿਰ ਜਦੋਂ ਅਸੀਂ ਪੁੱਛਿਆ ਵਾ ਤਾਂ ਫਿਰ ਉਹਨਾਂ ਨੇ ਉਹ ਕਹਿੰਦੇ ਅਸੀਂ ਪੈਸੇ ਪਵਾ ਦਾਂਗੇ, ਅਤੇ ਉਹ ਹੁਣ ਨਵਾਂ ਜਦੋਂ ਦਾ ਕੰਮ ਨਹੀਂ ਚੱਲਿਆ ਉਦੋਂ ਦੇ ਨਵੇਂ ਮਸਟਰੋਲ ਕਢਾ ਕੇ ਪੈਸੇ ਪਵਾ ਰਹੇ ਆ, ਪਿਛਲਾ ਉਹ ਹਿਸਾਬ ਕਿਤਾਬ ਨਹੀਂ ਦਿੰਦੇ ਵੀ ਪਿਛਲੇ ਪੈਸੇ ਕਿੱਧਰ ਗਏ। ਹੁਣ ਕੋਈ ਕੰਮ ਵੀ ਨਹੀਂ ਲੱਗਿਆ ਫਿਰ ਵੀ ਪੈਸੇ ਪਵਾ ਰਹੇ ਵੀ ਉਹਨਾਂ ਦੇ ਵਾਸਤੇ ਅਸੀਂ ਹੁਣ ਪਵਾ ਦਿੰਦੇ ਹਾਂ। ਪਿਛਲਾ ਪੈਸਾ ਕਿੰਨਾ ਕੁ ਫਸਿਆ ਜੀ? ਹਿਸਾਬ ਨਹੀਂ ਕੀਤਾ ਵੈਸੇ, ਤਕਰੀਬਨ 2-4 ਲੱਖ ਲੱਗ ਗਏ ਹੋਊਗਾ। ਅੱਛਾ ਭਾਅ ਜੀ ਇਹ ਦੱਸੋ ਕੌਣ ਸਰਪੰਚ ਦਾ ਨਾਮ ਕਿਹੜੀ ਕਿਹੜੀ ਪਾਰਟੀ ਦਾ ਜੀ? ਗੁਰਦੀਪ ਸਿੰਘ ਸਰਪੰਚ ਹੈ ਜੀ, ਕਾਂਗਰਸ ਪਾਰਟੀ ਦਾ ਨੰਬਰਦਾਰੀ ਵੀ ਉਹ ਕੋਈ। ਕਿੰਨਾ ਟਾਈਮ ਤੋਂ ਇਹ ਸਾਰਾ ਕੁਝ ਚੱਲ ਰਿਹਾ ਜੀ? ਸਾਡੇ 1.5 ਮਹੀਨਾ ਹੋਇਆ ਜੀ ਜਦੋਂ ਅਸੀਂ ਇਹ ਰੌਲਾ ਪਾਇਆ ਸੀਗਾ ਜੀ, ਅਤੇ ਫਿਰ ਉਹ ਕਹਿੰਦੇ ਵੀ ਤੁਸੀਂ ਬਹਿ ਜਾਓ, ਨਹੀਂ ਤਾਂ ਅਸੀਂ ਤੁਹਾਡੇ ਤੋਂ ਨਜਾਇਜ਼ ਪਰਚੇ ਕਰਾ ਦੇਣੇ। ਕੌਣ ਕਹਿੰਦਾ? ਸਰਪੰਚ ਕਹਿੰਦਾ ਸੀ। ਠੀਕ ਹੈ। ਭਰਾ ਮੇਰਾ ਸਰਕਾਰੀ ਜੋਬ ਕਰਦਾ, ਕਹਿੰਦਾ ਬਹਿਣਾ ਤਾਂ ਬਹਿ ਜਾਓ, ਨਹੀਂ ਤਾਂ ਉੱਥੇ ਵੀ ਪਰਚਾ ਕਰਾ ਕੇ ਉਹਦੀ ਸਰਕਾਰੀ ਜੋਬ ਚੁਕਾ ਦੇਣੀ ਆ, ਰਾਹ ਗਲੀ ਦਿਨ ਰਾਤ ਜਾਂਦਾ ਵਾ, ਰਾਹ 'ਚ ਐਕਸੀਡੈਂਟ ਵੀ ਹੋ ਸਕਦਾ। ਨਾਮ ਕੀ ਹੈ ਤੁਹਾਡਾ? ਮਨਪ੍ਰੀਤ ਸਿੰਘ। ਤੁਹਾਡੇ ਹਲਕੇ ਦਾ MLA ਕੌਣ? ਨਰਤੇਜ ਸਿੰਘ ਚੀਮਾ। ਉਹਨਾਂ ਨੂੰ ਇਸ ਸੰਬੰਧੀ ਤੁਸੀਂ ਜਾਣਕਾਰੀ ਦਿੱਤੀ ਹੈ? ਜੀ ਕਿਹਾ ਸੀਗਾ ਜੀ ਉਹਨਾਂ ਨੇ, ਫਿਰ ਸਾਡੇ ਨਾਲ ਉਹ 3 ਮੈਂਬਰ ਸੀਗੇ ਜੀ, ਉਹ ਅਸੀਂ 3 ਮੈਂਬਰਾਂ ਦਾ ਪ੍ਰਬੰਧਕ ਲੈ ਕੇ ਦੇਤਾ ਜੀ। ਕੱਲ੍ਹ ਦੀ ਡੇਟ ਸੀਗੀ, ਉਹਨਾਂ ਨੇ ਮੈਂਬਰਾਂ ਨੂੰ ਉੱਥੇ ਬੁਲਾਇਆ ਜੀ, 1 ਮੈਂਬਰ ਉਹਨਾਂ ਨੇ ਫਿਰ ਆਪਦੇ ਨਾਲ ਕਰ ਲਿਆ, ਪਤਾ ਨਹੀਂ ਕਿੱਦਾਂ ਕੀਤਾ, ਡਰਾਵਾ ਦਿੱਤਾ ਜਾਂ ਪੈਸੇ ਦਿੱਤੇ, ਪਹਿਲਾਂ ਸਾਰੇ ਉਹਨਾਂ ਦੇ ਹਲਕੇ ਪਏ ਹਨ ਸਾਡੇ ਕੋਲ। ਬਲਕਿ ਇਹ ਵੀ MLA ਵੀ ਇਸ ਗੱਲ 'ਚ ਕੋਈ ਸੁਣਵਾਈ ਨਹੀਂ ਕਰਦਾ? MLA ਨਹੀਂ ਕਰਕੇ ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਪਤਾ ਲੱਗੇ ਵੀ ਇਹ ਜਿਹੜੇ ਕਾਗਜ਼ੀ ਤੌਰ 'ਤੇ ਨੇ ਕਈ ਮਤੇ ਪਾਏ ਹੋਏ ਆ ਵੀ ਆਹ ਚੀਜ਼ਾਂ ਬਣੀਆਂ ਹੋਈਆਂ ਵਾ, ਜਦੋਂ ਅਸੀਂ ਇਹਦੀ ਤਿਆਰੀ ਪਾਈ ਆ ਸਾਨੂੰ ਪਤਾ ਲੱਗਿਆ ਵੀ ਕੁਝ ਇੱਦਾਂ ਦੀਆਂ ਚੀਜ਼ਾਂ ਵਾ ਜਿਹੜੀਆਂ ਨੇ ਅੱਜ ਤੱਕ ਕੀਤੀਆਂ ਨਹੀਂ, ਨਜਾਇਜ਼ ਖਰਚੇ ਪਾਏ ਹੋਏ ਆ। ਅਸੀਂ ਇਹ ਮੰਗ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਇਹ ਇਨਸਾਫ ਦਿੱਤਾ ਜਾਵੇ ਵੀ ਇਹਦੇ 'ਤੇ ਜੋ ਵੀ ਡਿਟੇਲ ਬਣਦੀ ਆ ਕਾਰਵਾਈ ਕੀਤੀ ਜਾਵੇ ਅਤੇ ਉੱਥੇ ਇਨਕੁਆਇਰੀ ਕੀਤੀ ਜਾਵੇ, ਅਤੇ ਸਾਨੂੰ ਇਨਸਾਫ ਚਾਹੀਦਾ ਵਾ।